ਨਾਈ ਦੇ ਰੇਡ ਹੈ ਲਖਨਊ ਤੋਂ, ਮੰਨ ਲਓ ਲਖਨਊ ਦਾ ਕੋਈ 23 ਦਾ ਕੇਸ ਹੈ, ਉਹ ਇਹਨਾਂ ਨੇ ਇਹ ਕਹਿ ਰਹੇ ਸੀ ਉੱਥੇ ਕਿਸੇ ਮਤਲਬ ਕੇਸ 'ਚ ਕੋਈ ਜ਼ਿਕਰ ਆਇਆ ਜਾਣ ਦੀ, ਜਿਸ ਕਰਕੇ ਜਾਣ ਦੀ ਇਹਨਾਂ ਨੇ ਆ ਕੇ ਰੇਡ ਕੀਤੀ ਸੀ। ਉੱਥੋਂ ਕੋਰਟ ਦੇ ਵਾਰੰਟ ਸੀਗੇ ਸਰਚ ਵਾਰੰਟ ਘਰ ਦੇ, ਅਰੈਸਟ ਵਾਰੰਟ ਨਹੀਂ ਸੀ, ਸਰਚ ਵਾਰੰਟ ਸੀ। ਉਹਨਾਂ ਨੇ ਆਪਣੇ ਘਰ ਦੀ ਤਲਾਸ਼ੀ ਲਈ, ਤਲਾਸ਼ੀ ਦੌਰਾਨ ਉਹਨਾਂ ਨੂੰ ਜਾਣ ਦੀ ਜਿਹੜੇ ਸਾਡੇ ਘਰ ਦੇ ਵਿੱਚ ਕੋਈ ਮਤਲਬ ਅਲੱਗ ਅਲੱਗ ਜਿਹੜੀਆਂ ਮਾਸ ਸੰਗਠਨ ਨੇ ਉਹਨਾਂ ਦਾ ਕੋਈ ਪੈਂਫਲੈਟ ਲੀਫਲੈਟ ਕੋਈ ਹੋਰ ਇਸ ਟਾਈਪ ਦਾ ਜਿਹੜਾ ਹੈਗਾ ਬੁੱਕਲੈਟ ਮਤਲਬ ਉਹ ਇਕੱਠੇ ਕਰਕੇ ਲੈ ਕੇ ਗਏ ਨੇ। 29 ਦੇ ਕਰੀਬ ਉਹ ਹੈਗੀਆਂ, ਮੇਰਾ ਮੋਬਾਈਲ ਲੈ ਕੇ ਗਏ ਨੇ ਅਤੇ ਸਾਡੇ ਜਾਣੇ ਦੀ ਜੇ ਕਹਿਣਾ ਹੋਏ 3-4-5 ਦੇ ਕਰੀਬ ਪੈਨ ਡਰਾਈਵ ਲੈ ਕੇ ਗਏ ਨੇ, ਮੰਨ ਇਹ ਚੀਜ਼ਾਂ ਇੱਥੋਂ ਉਹ ਕਰਕੇ ਲੈ ਕੇ ਗਏ, ਜਿਹਦੇ 'ਚ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਹੈਗੀ, ਮੰਨ ਜਿਹੜੀ ਹੈਗੀ ਹੈ ਇੱਥੋਂ ਆਪਣੇ ਘਰੋਂ ਉਹਨਾਂ ਨੂੰ ਮਿਲੀ ਹੋਵੇ, ਕੋਈ ਅਸਲਾ ਮਿਲਿਆ ਹੋਵੇ ਕੋਈ ਮਾਮਲਾ ਨਹੀਂ ਹੈ, ਜਿਹਦੇ ਕਰਕੇ ਜਾਣੇ ਦੀ ਇਹਨਾਂ ਨੇ ਜਾਣੇ ਦੀ ਅਸਲ 'ਚ ਜਿਹੜੇ ਸਰਚ ਵਾਰੰਟ ਨੇ ਇਹ ਇੱਕ ਨਵਾਂ ਕੇਸ ਪਲਾਂਟ ਕਰਨ ਦੀ ਖਾਤਰ ਇਹ ਇਹਨਾਂ ਦੀ ਐਕਸਰਸਾਈਜ਼ ਹੈ ਜਿਹੜੀ ਮੈਂ ਸਮਝਦਾ ਮੰਨ, ਕਿਉਂਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ, ਜਾਣੀ ਦੀ ਦਿੱਲੀ ਅੰਦੋਲਨ ਚੱਲਿਆ, ਕਬੱਡੀ ਮੂਵਮੈਂਟ ਚੱਲੀ, ਹੁਣ ਹੈ ਸ਼ੰਭੂ ਅਹੁਦੇ ਜਿਹੜੀ ਮੋਦੀ ਗੌਰਮੈਂਟ ਹੈ, ਮੋਦੀ ਗੌਰਮੈਂਟ ਲਗਾਤਾਰ ਹਾਰੀ ਹੈ ਪੰਜਾਬ 'ਚੋਂ ਵੀ ਹਰਿਆਣਾ 'ਚੋਂ, ਇਹ ਇੱਕ ਜਾਣੀ ਦੀ ਇਹ ਇੱਕ ਇਹੋ ਜਿਹੀ ਉਹ ਬਣ ਰਹੀ ਹੈ ਇੱਧਰ ਮੂਵਮੈਂਟ ਜਾਣੀ ਦੀ, ਜਿਹਦੇ ਕਰਕੇ ਜਾਣੀ ਦੀ ਉਹਨਾਂ ਨੂੰ ਇਹ ਹੈਗਾ ਵੀ ਜਿਹੜੇ ਵਿਅਕਤੀ ਮੇਨ ਉਹ ਹੈਗੇ ਨੇ ਇਹਨਾਂ ਚੀਜ਼ਾਂ ਨੂੰ ਲੀਡ ਕਰ ਸਕਦੇ ਨੇ ਜਾਣੀ, ਉਹਨਾਂ ਨੂੰ ਉਹ ਟਾਰਗੇਟ ਕਰ ਰਹੇ ਨੇ, ਪਲਾਂਟ ਪਹਿਲਾਂ ਹੀ ਉਹ ਕਰ ਰਹੇ ਨੇ, ਜਿਸ ਕਰਕੇ ਜਾਣੀ ਦੀ ਮੋਦੀ ਗੌਰਮੈਂਟ ਇਸ ਉਸ 'ਤੇ ਹੈ। ਅਤੇ NIA ਇੱਕ ਇਹੋ ਜਿਹਾ ਇਹਨਾਂ ਨੇ ਥਾਣਾ ਬਣਾ ਲਿਆ ਸੈਂਟਰ ਲੈਵਲ 'ਤੇ, ਜਿਹਦੇ ਕਰਕੇ ਜਾਣੀ ਦੀ ਜਿੱਥੇ ਵੀ ਇਹਨਾਂ ਨੂੰ ਇਹ ਲੱਗਦਾ ਵੀ ਸਾਡਾ ਵਿਰੋਧੀ ਕੋਈ ਬੈਠਾ ਜਾਣ ਦੀ, ਉਹਨੂੰ ਟਾਰਗੇਟ ਕਰਨ ਲਈ ਲੋਕਲ ਪੁਲਿਸ ਨੂੰ ਵੀ ਬਾਈਪਾਸ ਕਰਕੇ ਸਿੱਧੀ ਰੇਲ ਠੋਕ ਦਿੰਦੇ, ਉਹ ਕੋਈ ਵੀ ਬਹਾਨਾ ਘੜਦੇ ਨੇ, ਉਹ ਇੱਥੇ ਆਪਣੇ ਲਖਨਊ ਵਾਲਾ ਘੜ ਲਿਆ, ਮੰਨ ਕੋਈ ਹੋਰ ਘੜ ਸਕਦੇ ਨੇ, ਜਿਵੇਂ ਭੀਮਾ ਕੋਰੇਗਾਓਂ ਦੇ ਵਿੱਚ ਜਿਹੜਾ ਕੇਸ ਸੀਗਾ ਉਹ 'ਤੇ ਜਿਹੜਾ ਵੀ ਜਿੱਥੋਂ ਕੋਈ ਮਿਲਿਆ ਜਾਣ ਦੀ, ਅਸਲ 'ਚ ਇਹ ਇਸ ਤਰ੍ਹਾਂ ਦਾ ਕੇਸ ਪਲਾਂਟ ਕਰਦੇ ਨੇ, ਉਹਦੇ 'ਚੋਂ ਜਾਣੇ ਦੀ ਜਿਹੜਾ ਹੈਗਾ ਜਾਣੇ ਦੇ ਮਤਲਬ ਜੇ ਕੋਈ ਉਹਨਾਂ ਨੂੰ ਮਾੜਾ ਮੋਟਾ ਮਿਲਦਾ ਜਾਣੇ ਦੀ ਉਹਨੂੰ ਉਹ ਕਰਕੇ ਜਾਣ ਦੀ, ਅਤੇ ਜੇ ਨਾ ਵੀ ਮਿਲੇ ਤਾਂ ਉਹ ਖੁਦ ਵੀ ਜਾਣੇ ਦੀ ਇਹ ਪਿਛਲੇ ਕੇਸਾਂ ਦੇ ਵਿੱਚ ਹੋਇਆ ਵੀ ਖੁਦ ਉਹ ਕੰਪਿਊਟਰਾਂ ਦੇ ਵਿੱਚ ਹੋਰ ਦੇ ਵਿੱਚ ਚੀਜ਼ਾਂ ਮਤਲਬ ਇੰਜੈਕਟ ਕਰ ਦਿੰਦੇ। ਮੇਰੇ 'ਤੇ UAP ਦਾ ਕੇਸ ਬਣਿਆ ਸੀ 11 ਦੇ ਵਿੱਚ, ਉਹ 'ਚ ਮੈਂ ਬਰੀ ਹੋ ਚੁੱਕੀ ਹਾਂ, UAP ਖਾਰਜ ਹੋ ਚੁੱਕੀ ਹੈ ਜਾਣ ਦੀ, ਮਤਲਬ ਅਸਲਾ ਮੇਰੇ 'ਤੇ ਇਹਨਾਂ ਨੇ ਪਾਇਆ ਸੀ, ਉਹਦੇ ਤਾਂ ਮੇਰੇ ਮਤਲਬ ਜੇ ਕਹਿਣਾ ਮੈਨੂੰ ਸਜ਼ਾ ਹੋ ਗਈ ਸੀ 3 ਸਾਲ ਦੀ, ਉਹ ਸਜ਼ਾ ਤਹਿਤ ਜਾਣ ਦੀ ਮੈਂ ਹੁਣ ਜਿਹੜਾ ਹੈਗਾ ਜਾਣ ਦੀ ਮਤਲਬ ਬੇਲ 'ਤੇ ਮੇਰਾ ਜਿਹੜਾ ਕੇਸ ਹੈ ਉਹ ਹਾਈ ਕੋਰਟ 'ਚ ਫਾਈਨਲ ਹੈ ਜਾਣ ਦੀ ਮੇਰੀ ਅਪੀਲ ਕੀਤੀ। ਅਤੇ ਇੱਥੇ ਅੱਜ ਸਿਟੀ ਰਾਮਪੁਰੇ ਦੇ ਏਰੀਏ ਦੇ ਵਿੱਚ, ਥਾਣਾ ਸਿਟੀ ਰਾਮਪੁਰਾ ਜਿਹੜਾ ਪੈਂਦਾ ਇਹਦੇ ਏਰੀਏ ਦੇ ਵਿੱਚ NIA ਟੀਮ ਜੋ ਕਿ ਲਖਨਊ ਤੋਂ ਆਈ ਸੀਗੀ ਉਹਨਾਂ ਦੇ ਵੱਲੋਂ ਇੱਥੇ ਇੱਕ ਰੇਡ ਕੀਤੀ ਗਈ ਸੀਗੀ। ਇਸ ਦੇ ਵਿੱਚ ਰੇਡ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜਾ ਡਾਕੂਮੈਂਟੇਸ਼ਨ ਜਾਂ ਉਹਨਾਂ ਦੀ ਆਪਣੀ ਕਾਰਵਾਈ ਸੀਗੀ ਉਹਨਾਂ ਨੇ ਕਰਨੀ ਸੀਗੀ। ਉਸ ਰੇਡ ਨੂੰ ਲੈ ਕੇ ਕਿਸਾਨ ਯੂਨੀਅਨ ਜਿਹੜੀ ਓਪੋਜ਼ਿਟ ਜਿਹਦੇ ਘਰ ਦੇ ਵਿੱਚ ਰੇਡ ਹੋਈ ਸੀਗੀ ਉਹਦੇ ਜਿਹੜੇ ਨਾਲ ਦੇ ਸਾਥੀ ਸੀ ਕਿਸਾਨ ਯੂਨੀਅਨ ਵਾਲੇ ਉਹ ਵੀ ਇੱਥੇ ਇਕੱਠੇ ਹੋਏ ਸੀਗੇ। ਸੋ ਸਾਡੇ ਵੱਲੋਂ ਇੱਥੇ ਆ ਕੇ ਬਠਿੰਡਾ ਪੁਲਿਸ ਵੱਲੋਂ ਮੌਕੇ ਦੇ ਉੱਪਰ ਆ ਕੇ ਜਿਹੜਾ ਹੈਗਾ ਸਿਚੁਏਸ਼ਨ ਨੂੰ ਕੰਟਰੋਲ ਕਰਕੇ ਅਤੇ ਜਦੋਂ ਉਹਨਾਂ ਦੀ ਹੁਣ ਰੇਡ ਕੰਪਲੀਟ ਹੋਣ ਤੋਂ ਬਾਅਦ ਉਹਨਾਂ ਨੂੰ ਸੇਫਲੀ ਇੱਥੋਂ ਜਾ ਚੁੱਕੇ ਨੇ, ਉਹਨਾਂ ਨੇ ਜੋ ਵੀ ਕਾਰਵਾਈ ਕਰਨੀ ਸੀ ਐਸ ਪਰ ਲੋਅ ਕਰਕੇ ਇੱਥੋਂ ਚਲੇ ਗਏ ਨੇ। ਸਾਡੇ ਵੱਲੋਂ ਮੇਨ ਫੋਰਸ ਡਿਪਲੋਏ ਕਰਕੇ ਲਾਅ ਐਂਡ ਆਰਡਰ ਨੂੰ ਸਿਚੁਏਸ਼ਨ ਨੂੰ ਬਹਾਲ ਰੱਖਿਆ ਗਿਆ। ਚੰਡੀਗੜ੍ਹ ਦੀ ਰੇਡ ਚੱਲੀ ਸਰ, ਇਹ ਦੌਰਾਨ ਕਿਸਾਨ ਵੀ ਕਾਫੀ ਵੱਡੀ ਗਿਣਤੀ 'ਚ ਬੈਠੇ ਸੀ। ਇਹ ਤਕਰੀਬਨ 5-5:30 ਦੇ ਕਰੀਬ ਮਾਰਨਿੰਗ ਰੇਡ ਹੋਈ ਸੀਗੀ ਅਤੇ ਤਕਰੀਬਨ 6 ਘੰਟੇ ਦੇ ਕਰੀਬ ਜਿਹੜੀ ਸੀਗੀ ਰੇਡ ਚੱਲੀ ਸੀਗੀ।
ਤੇ ਹੁਣ ਰੇਡ ਕਰਨ ਤੋਂ ਬਾਅਦ ਜਿਹੜੀ ਹੈਗੀ ਹੈ ਇਹਨਾਂ ਦੀ ਟੀਮ ਆਪਣੇ ਜਿਹੜੀ ਹੈਗੀ ਫਰਦਰ ਜਿਹੜੀ ਅੱਗੇ ਉਹਨਾਂ ਨੇ ਕਾਰਵਾਈ ਕਰਨੀ ਉਹਦੇ ਵਾਸਤੇ ਇੱਥੇ ਰਵਾਨਾ ਹੋ ਚੁੱਕੇ ਆ ਜੀ। ਵੈਸੇ ਬਠਿੰਡਾ ਸਾਡੇ ਵੱਲੋਂ ਵੀ ਤੇ ਗੱਲਬਾਤ ਰਹੀ ਅਸੀਂ ਜਿਹੜੀ ਹੈਗੀ ਹੈ ਇਹਨੂੰ ਦੱਸਤਾ ਸੀਗਾ ਸਾਰਿਆਂ ਨੂੰ ਵੀ ਜੋ ਕੰਮ ਹੋ ਰਿਹਾ ਐਜ਼ ਪਰ ਲਾਅ ਹੋ ਰਿਹਾ ਉਹਨਾਂ ਨੇ ਜੋ ਡਾਕੂਮੈਂਟੇਸ਼ਨ ਹੈਗੀ ਉਹਨਾਂ ਨੇ ਕਰਨੀ ਹੈ ਤੋ ਸਮਝਾਉਣ ਤੇ ਜਿਹੜੇ ਹੈਗੇ ਆ ਫਿਰ ਉੱਥੋਂ ਜਿਹੜੇ ਹੈਗਾ ਸੀਗਾ ਇਹਨਾਂ ਨੇ ਵੀ ਆਪਣਾ ਜਿਹੜੀ ਰਸਤਾ ਜਿਹੜਾ ਖਾਲੀ ਕਰਤਾ ਸੀਗਾ ਇਸ ਤੋਂ ਬਾਅਦ ਆਪਣੇ ਜਿਹੜੇ ਹੈਗੇ ਅੱਗੇ ਫਰਦਰ ਚੱਲ ਜਾਂਦੇ ਆ। ਐਨਆਈਏ ਦੀ ਟੀਮ ਨੇ ਵੀ ਕੋਈ ਇਸ ਗੱਲ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ ਕਿ ਉਹਨੂੰ ਰੋਕਿਆ ਗਿਆ ਸਰਕਾਰੀ ਕੰਮ ਤੇ ਵਿਘਨ ਪਾਇਆ ਗਿਆ? ਨਹੀਂ ਐਸ ਸੱਚ ਤੋਂ ਦੇਖੋ ਜਦੋਂ ਰੇਡ ਚੱਲ ਰਹੀ ਸੀ ਤੋਂ ਅੰਦਰ ਬੈਠੇ ਸੀ ਇਹ ਬਾਹਰ ਸੀਗੇ ਜਦੋਂ ਉਹਨਾਂ ਨੇ ਰੇਡ ਕੰਪਲੀਟ ਕਰ ਲਈ ਤਾਂ ਉਸ ਤੋਂ ਪਹਿਲੇ ਜਿਹੜਾ ਹੈਗਾ ਇਹਨਾਂ ਨੂੰ ਅਸੀਂ ਗੱਲ ਕਰਕੇ ਰਸਤਾ ਜਿਹੜਾ ਸੀਗਾ ਖੁਲਵਾ ਲਿਆ ਫਰਦਰ ਜੇ ਕੋਈ ਉਹਨਾਂ ਵੱਲੋਂ ਆਊਗੀ ਤਾਂ ਉਸ ਮੁਤਾਬਕ ਜਿਹੜੀ ਐਸ ਪਰ ਲਾਅ ਕਰ ਲਈ ਕੀਤੀ ਜਾਊਗੀ। ਹਾਂਜੀ ਮੈਂ ਪੁਰਸ਼ੋਤਮ ਮਹਿਰਾਜ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ। ਅੱਜ ਅਸੀਂ ਜਿਹੜੇ ਘਰ ਇੱਥੇ ਖੜ੍ਹੇ ਹਾਂ ਇਹ ਸਾਡੇ ਸੂਬੇ ਦੀ ਜਨਰਲ ਸਕੱਤਰ ਭੈਣ ਸੁਖਵਿੰਦਰ ਕੌਰ ਸੂਬਾ ਜਨਰਲ ਸਕੱਤਰ ਹੈ ਉਹਨਾਂ ਦੇ ਜਿਹੜੇ ਹਸਬੈਂਡ ਹੈ ਉਹ ਹਰਪਿੰਦਰ ਸਿੰਘ ਜਲਾਲ ਉਹਨਾਂ ਦਾ ਬੇਟਾ ਹੈ ਉਹਨਾਂ ਦੀ ਨੂੰਹ ਹੈ ਅਤੇ ਸੁਖਵਿੰਦਰ ਕੌਰ ਦੀ ਮਦਰ ਹੈ ਇਸ ਘਰ ਦੇ ਵਿੱਚ। ਅੱਜ ਇੱਥੇ ਰੇਡ ਪਈ ਹੈ ਤੜਕੇ ਲਗਭਗ 5:30 ਵਜੇ 6 ਕਿਉਂਕਿ ਸਾਨੂੰ 6:15 ਵਜੇ 6:30 ਵਜੇ ਪਤਾ ਲੱਗਿਆ ਉਦੋਂ ਆਏ ਉਹਨਾਂ ਨੇ ਆਸੇ ਪਾਸੇ ਆ ਕੇ ਬੁਲਾਓ ਕਰਕੇ ਉਹ ਸਾਰਾ ਕੁਛ ਅੰਦਰੋਂ ਮਤਲਬ ਤਰਾਸੀ ਲਈ ਹੈ। ਜਦੋਂ ਸਾਨੂੰ ਪਤਾ ਲੱਗਿਆ ਕਿਉਂਕਿ ਉਹ ਪਿੱਛੇ ਹੀ ਸਾਨੂੰ 20 ਕਰਮਾਂ 'ਤੇ ਪਿੱਛੇ ਰੋਕ ਕੇ ਅਤੇ ਮਤਲਬ ਗਾਹਾਂ ਨਹੀਂ ਸਿਉਣ ਦਿੰਦੇ ਅਸੀਂ ਸਫਾਈ ਸੇਵਕ ਨੂੰ ਘਰੇ ਵੜਿਆ ਅਤੇ ਉਦੋਂ ਬਾਅਦ ਫਿਰ ਜਦੋਂ ਅਸੀਂ ਧਮਕੀ ਦਿੱਤੀ ਵੀ ਜੇ ਤੁਸੀਂ ਨਹੀਂ ਸਾਨੂੰ ਦੱਸੋਗੇ ਤਾਂ ਅਸੀਂ ਅੰਦਰ ਆਵਾਂਗੇ ਫਿਰ ਉਹਨਾਂ ਨੇ ਲੋਕਲ ਪੁਲਿਸ ਨੂੰ ਸੱਦ ਕੇ ਉਹਨਾਂ ਨਾਲ ਗੱਲ ਕਰਾਈ ਉਹਨਾਂ ਨੇ ਸਾਡੇ 2 ਬੰਦੇ ਇੱਥੇ ਅੰਦਰ ਘਰ ਦੇ ਵਿੱਚ ਵੀ ਭੇਜੇ ਆ। ਸੋ ਇਸ ਲਈ ਇਹ ਜਿਹੜੀ NIA ਰੇਡ ਲਖਨਊ ਤੋਂ ਕੋਈ NIA ਦਾ ਅਧਿਕਾਰੀ ਸੀ ਇਹ ਆਪਾਂ ਦੇਖੋ ਅੱਜ ਉਹ ਪਹਿਲਾਂ ਨਾਲ ਵੀ ਲਿਜਾਣ ਦੀ ਸੀ ਇਸ ਲਈ ਨਾਲ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਸਮਾਨ ਵੀ ਅਸੀਂ ਨਹੀਂ ਲਿਜਾਣਾ ਪਰ ਉਹ ਸਾਨੂੰ ਮਗਰੋਂ ਪਤਾ ਲੱਗਿਆ ਅਸੀਂ ਵਿਰੋਧ ਵੀ ਕੀਤਾ ਇੱਥੇ ਬਾਹਰ ਕੇ ਵੀ ਇਹ ਸਮਾਨ ਉਹ ਕਹਿੰਦੇ ਜੀ ਇਨਕੁਆਇਰੀ ਦਾ ਵਿਸ਼ਾ ਅਤੇ ਜੇ ਤੁਹਾਡਾ ਇਹਦੇ 'ਚ ਨਹੀਂ ਕੁਛ ਹੋਇਆ ਤਾਂ ਤੁਹਾਡਾ ਆਜੂਗਾ। SP ਵੀ ਕੋਲੇ ਖੜ੍ਹਾ ਸੀ ਮੌਕੇ 'ਤੇ ਅਤੇ ਉਹ ਕਹਿੰਦਾ ਵੀ ਮੇਰੀ ਮੈਂ ਵੀ ਅੱਗੇ ਸਾਡਾ ਸਮਾਨ ਆਇਆ ਨਹੀਂ ਇਸ ਘਰ ਦਾ ਪਹਿਲਾਂ ਵੀ 17-18 'ਚ ਕਿਰਾਂ ਕੰਪਿਊਟਰ ਹੋਰ ਸਾਰਾ ਕੁਛ ਜਬਤ ਹੋ ਗਿਆ ਸੀ ਵੀ ਉਦੋਂ ਆਇਆ ਨਹੀਂ ਅਤੇ ਹੁਣ ਤੁਸੀਂ ਮਤਲਬ ਉਹ ਇਸ ਲਈ ਉਹ ਜਿਹੜਾ ਸਮਾਨ ਲਏ ਜ਼ਰੂਰ ਗਏ ਇੱਕ ਮੋਬਾਈਲ ਹੈ 2 ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀਆਂ ਜਿਹੜੀਆਂ ਪੈਨਲ ਡਰਾਈਵ ਇਹ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੂੰ ਜਿਹੜੀ ਇਹ ਲਗਭਗ ਮੇਰੇ ਖਿਆਲ 'ਚ ਹੁਣ ਅੱਜ 11:15 ਹੋਏ ਹੈ 11:15 ਦਾ ਟਾਈਮ ਹੋਊ ਅਤੇ ਹਾਂ 11:30 ਹੋ ਗਏ ਟੀਮ ਇਹ 5 ਮੈਂਬਰ ਸੀ ਮੇਰੇ ਖਿਆਲ 'ਚ ਅਸੀਂ ਨਹੀਂ ਉਹ ਕਹਿੰਦੇ ਵੀ ਇਹ ਜਾਂਚ ਦਾ ਵਿਸ਼ਾ ਹੈ ਜੇ ਕੋਈ ਇਹ ਕੋਰਟ 'ਚ ਅਸੀਂ ਇਹਦੀ ਇਨਕੁਆਇਰੀ ਕਰਕੇ ਪੇਸ਼ ਕਰਾਂਗੇ ਜੇ ਕੋਈ ਕੋਰਟ ਨੇ ਮਨਜ਼ੂਰੀ ਦਿੱਤੀ ਕੋਈ ਹੋਇਆ ਤਾਂ ਫਿਰ ਉਹ ਗਾਹਾਂ ਵਾਲਾ ਅਰੈਸਟ ਵਾਲਾ ਨਹੀਂ ਖੈਰ ਇਹ ਬੋਲਿਆ ਮਤਲਬ ਹਰਪਿੰਦਰ ਸਿੰਘ ਉਹਨਾਂ ਨੇ ਦੱਸਿਆ ਵੀ ਆ ਕੇ ਧੱਕੇਸ਼ਾਹੀ ਨਹੀਂ ਇਹ ਕਹਿੰਦੇ ਵੀ ਅਸੀਂ ਐਂ ਕਰਕੇ ਉਸ ਤੋਂ ਘਰ ਦੀ ਤਰਾਸੀ ਲੈਣੀ ਹੈ ਜਿਹਦੇ 'ਚ ਉਹਨਾਂ ਨੇ ਜਿਹੜਾ ਲਿਟਰੇਚਰ ਹੈ ਜਾਂ ਤਾਂ ਜਿਹੜਾ ਕੋਈ ਜਥੇਬੰਦੀ ਦਾ ਪ੍ਰੋਗਰਾਮ ਹੋਇਆ ਉਹਨਾਂ 'ਤੇ ਲੀਫਲੈਟ ਹੈ ਜਾਂ ਅਸੀਂ ਪਿੱਛੇ ਜੇ ਮਾਸਟਰ ਬਾਰੂ ਸਤਵਰਗ ਦੀ ਬਰਸੀ ਲਾ ਕੇ ਹਟੇ ਹਾਂ ਉਹਦੇ ਲੀਫਲੈਟ ਸੀ ਅਤੇ ਜਾਂ ਕੋਈ ਜਥੇਬੰਦੀ ਦਾ ਹੋਰ ਕਿਉਂਕਿ ਸੂਬਾ ਜਨਰਲ ਸਕੱਤਰ ਹੋਣ ਕਰਕੇ ਉਹਨਾਂ ਦਾ ਰਿਕਾਰਡ ਇੱਥੇ ਘਰੇ ਹੋਊ
ਉਹ ਹਜ਼ਾਰ ਕਾਰਡ ਉਹ ਸੀਲ ਕਰਕੇ ਲੈ ਕੇ ਗਏ ਆ ਅਤੇ ਦੋ ਡਰਾਈਵਾਂ ਉਹ ਵੀ ਜਥੇਬੰਦੀ ਨਾਲ ਸੰਬੰਧਿਤ ਅਤੇ ਹੈ ਹਾਂ ਚਾਰ ਪੰਜ ਪਹਿਲਾਂ ਡਰਾਈਵ ਅਤੇ ਫੋਟੋਆਂ ਖਤਮ ਉਹ ਆਪਣਾ ਲੈ ਕੇ ਗਏ ਆ ਕਿਉਂਕਿ ਸਾਨੂੰ ਪਹਿਲਾਂ ਦੋ ਹੀ ਦੱਸੀਆਂ ਸੀਗੀਆਂ ਅਸੀਂ ਸ਼ਰਤ ਇਹ ਵੀ ਅਸੀਂ ਬੰਦਿਆਂ ਦੀ ਰੈਸਟ ਨਹੀਂ ਹੋਣ ਦੇਣੀ ਬੰਦਿਆਂ ਨੂੰ ਰੈਸਟ ਨਹੀਂ ਕਰਨ ਦੇਣਾ ਜੇ ਤੁਸੀਂ ਹਾਏ ਇਹ ਕਰੋਗੇ ਤਾਂ ਅਸੀਂ ਮਤਲਬ ਰਾਹ ਨਹੀਂ ਉਹ ਚੱਲ ਉਹਨਾਂ ਨੇ ਵਾਅਦਾ ਕੀਤਾ ਵੀ ਅਸੀਂ ਹੁਣ ਆਪਦੀ ਇਨਕੁਆਰੀ ਕਰ ਲਈ ਅਸੀਂ ਮਤਲਬ ਰੈਸਟ ਨਹੀਂ ਕਰਦੇ ਹਾਂ ਕਿਉਂਕਿ ਨਹੀਂ ਇਹ ਪਰਿਵਾਰ ਦੇ ਮੈਂਬਰਾਂ ਨੂੰ ਲੈ ਜਾਣਾ ਸੀ ਸੋ ਧੰਨਵਾਦ ਤੁਹਾਡੀ ਪ੍ਰੈਸ ਦਾ ਜਿਹਨਾਂ ਨੇ ਗੱਲ ਪਜਾਈ ਹੈ।